ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਬੇਘਰ ਲੋਕਾਂ ਨੂੰ ਘਰ ਬਣਾਉਣ ਦੇ ਲਈ 5-5 ਮਰਲੇ ਦੇ ਫਲੈਟ ਦੇਣ ਦਾ ਵਾਅਦਾ ਪੰਜਾਬ ਸਰਕਾਰ ਜਲਦ ਪੂਰਾ ਕਰਨ ਜਾ ਰਹੀ ਹੈ। ਇਸ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ 'ਚ ਬਾਲ ਵਿਕਾਸ ਅਤੇ ਪੰਚਾਇਤ ਦਫ਼ਤਰ 'ਚ ਜ਼ਰੂਰਤਮੰਦ ਲੋਕਾਂ ਦੇ ਫਾਰਮ ਭਰੇ ਜਾ ਰਹੇ ਹਨ। ਇਸ ਮੌਕੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸਹਿਤ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ SDM ADC ਰੂਪਨਗਰ ਅਤੇ ਅਨੇ ਅਧਿਕਾਰੀ ਮੌਜੂਦ ਰਹੇ। ਇਸ ਪ੍ਰੋਗਰਾਮ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਅਤੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਇਸ ਬਾਬਤ ਮੀਟਿੰਗ ਵੀ ਕੀਤੀ ਗਈ। ਰਮੇਸ਼ ਜੀ, ਕੀ ਕਹਿਣਾ ਚਾਹੁੰਦੇ ਹੋ 5-5 ਮਰਲੇ ਵਾਲੇ ਪਲਾਟ ਬਾਰੇ? ਇਹ ਪੰਜਾਬ ਸਰਕਾਰ ਵੱਲੋਂ ਬਹੁਤ ਮਸ਼ਹੂਰ ਆ, ਜਿਹੜੇ 5-5 ਮਰਲੇ ਦੀ ਸਕੀਮ ਦੇ ਰਹੇ, ਛੋਟੇ ਤਬਕੇ ਨੂੰ ਉੱਪਰ ਚੱਕ ਰਹੇ। ਬਹੁਤ ਵਧੀਆ ਸਕੀਮ ਹੈ ਇਹਨਾਂ ਦੀ, ਔਰ ਮੈਂ ਵਧਾਈ ਪਾਤਰ ਹਾਂ ਰਾਣਾ KP। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਂ ਪਾਣੀਆਂ ਦੀ ਇਸ ਧਰਤੀ 'ਤੇ, ਖੁਸ਼ਹਾਲ ਪੰਜਾਬ ਦੀ ਧਰਤੀ 'ਤੇ ਕੋਈ ਆਦਮੀ ਐਸਾ ਨਾ ਹੋਵੇ ਜਿਹਦੇ ਕੋਲ ਰਹਿਣ ਲਈ ਆਪਣਾ ਮਕਾਨ ਔਰ ਉਸ ਮਕਾਨ ਨੂੰ ਬਣਾਉਣ ਲਈ ਆਪਣਾ ਪਲਾਟ ਨਾ ਹੋਵੇ। ਸੋ ਉਹ ਸਾਰੇ ਸੂਬੇ 'ਚ ਸੂਬਾ ਸਰਕਾਰ ਨੇ ਹਦਾਇਤਾਂ ਕੀਤੀਆਂ, ਸੂਬੇ ਦੇ ਸਾਰੇ ਤਮਾਮ ਅਫਸਰ ਸਾਹਿਬਾਨ ਇਸ ਕੰਮ 'ਚ ਲੱਗੇ ਹੈ। ਅੱਜ ਅਸੀਂ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਆਪਣੇ ਇਸ ਹਲਕੇ 'ਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ। ਬਹੁਤ ਵੱਡਾ ਇਕੱਠ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਏ ਹੈ। ਸੋ ਮੈਂ ਅੱਜ ਅਫਸਰ ਸਾਹਿਬਾਨ ਨੂੰ ਅਪੀਲ ਕੀਤੀ ਹੈ, ਸਰਪੰਚਾਂ ਨੂੰ ਅਪੀਲ ਕੀਤੀ ਹੈ, ਹੋਰ ਜਿਹੜੇ ਮੁਤਬਰ ਸਾਰੇ ਆ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਰਕਾਰੀ ਜਿਹੜਾ ਨਿਜ਼ਾਮ ਹੈ ਇਹਦੇ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਸਾਡੇ ਹਲਕੇ 'ਚ ਕੋਈ ਵੀ ਆਦਮੀ ਬੇਘਰਾ ਨਾ ਹੋਵੇ, ਜਿਹਦੇ ਕੋਲ ਘਰ ਬਣਾਉਣ ਲਈ 5 ਮਰਲੇ ਦਾ ਘੱਟੋ ਘੱਟ ਪਲਾਟ ਨਾ ਹੋਵੇ। ਰੋਪੜ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ, ਚੈਨਲ 2।